ਅਸਲਾਮ ਵਾਲੇਕਮ ਜੀ ਕੀ ਹਾਲ ਚਾਲ ਆ ਟਿਕ ਟਾਕ ਕੋ ਫਰੰਡੋ ਕੀ ਕਰ ਲਾ ਤੂੰ ਕਿਉਂ ਚੀਕਦੀ ਪਈਂ ਤੇਰੇ ਬੱਚੇ ਕੋ ਮਗਾਇਆ ਉਹ ਚੀਕਦੀ ਬਈਂ ਆ ਤੇ ਮੈਂ ਆਪਣੇ ਯਾਰਾਂ ਦੋਸਤਾਂ ਕੋ ਜਾਨਣਾ ਪਏ ਦੋ ਹੈਗੇ ਚਾਵਲ ਅੱਗੇ ਖੜੇ ਆ ਰਸਤੇ ਬੇਰੀਆਂ ਬੇਰ ਆ ਗਏ ਕੀ ਕਹਿੰਦਾ ਬੇਰੀਆਂ ਦਾ ਬੂਟਾ ਆ ਗਿਆ ਉਥੋਂ ਫੇਰ ਬੇਰ ਤੋੜੇ ਤੋੜ ਕੇ ਖੰਨਾ ਵੀ ਜਾਨਣਾ ਆ ਨਾਲ ਤੁਰਦਾ ਵੀ ਜਾਨਣਾ ਆ ਉਹ ਫਿਰਦੇ ਆ ਤੇ ਉਹਨਾਂ ਕੋ ਜਲਣਾ ਪਿਆ। ਦੇਖਦੇ ਅੱਜ ਕੀ ਕਿ ਚਾਵਲਾ ਮਾਰਦੇ ਆ। ਤੇ ਤੁਹਾਨੂੰ ਵੀ ਸੜਾਵਾਂਗੇ। ਤੇ ਤੁਹਾਨੂੰ ਵੀ ਨਜ਼ਾਰੇ ਦਿਵਾਵਾਂਗੇ। ਚੈੱਕ ਕਰਿਓ ਫੇਰ। ਆ ਦੋ ਹੈਗੇ ਚਾਵਲ। ਤੇ ਇਹ ਵੜਦੇ ਵੇ ਪੱਠੇ। ਜਿਹੜਾ ਮੈਂ ਤੁਹਾਨੂੰ ਲੱਭਦਾ ਰਿਹਾ ਘੰਟਾ। ਤੇ ਮੈਂ ਤੁਹਾਡੀਆਂ ਵੀਡੀਓ ਬਣਾਉਣ ਵਾਸਤੇ ਮੈਂ ਜੋ ਦਿੱਲੀ ਤੋਂ ਆਇਆ ਇਥੇ। ਮੇਰਾ ਨਗਾ ਪੱਠੇ ਵਰਦੇ ਦੋਨੇ ਪਲਵਾਨ ਆ ਆ ਦੇਖੋ ਇਧਰਲੇ ਸਾਡੇ ਚੱਕ ਜਿ ਪਾਏ ਗਏ ਬੰਦੇ ਲੋਕਾਂ ਦੇ ਕਿਹ ਚੀਜ਼ ਵਾਸਤੇ ਇਸਤੇਮਾਲ ਕਰ ਵਾਸਤੇ ਬਣਾਈ ਇਹਨਾਂ ਬਹਿਣ ਵਾਸਤੇ ਬਣਾ ਲਿਆ ਦੇ ਬੰਦੇ ਦਾ ਕੰਮ ਚੱਕਾ ਸਵੇਰ ਤੇ ਆਇਆ ਦੋ ਮੂਠਾ ਪਕਾ ਲਈ ਵਡੀਆਂ ਦੇ ਯਾਰ ਗਲਾਂ ਤੇ ਖੜੀਏ ਕਾ ਆਵਾਜ਼ ਵੜ ਲੂੰਗਾ ਹਾਂ ਇਹ ਭਾਈ ਜਾਨ ਬੰਦੇ ਖੋਤੀਆਂ ਲਈ ਜਾਂਦੇ ਸੀ ਰੋਡ ਤੇ ਦੇਚੋ ਬਾਕੀ ਸਾਰੀਆਂ ਖੋਤੀਆਂ ਚਲ ਗੀਆਂ ਇੱਕ ਖੋਤੀ ਬੰਦਾ ਲੈ ਰੋਡ ਤੇ ਲਈ ਜਾਂਦਾ ਜਿਸਨੇ ਲੈਣੀ ਹੋਵੇ YouTube ਤੇ ਰਾਬਤਾ ਕਰ ਸਕਦਾ ਹੈ ਕਿਉਂਕਿ ਅਸੀਂ ਮਾੜੇ ਬੰਦੇ ਸ਼ੈਤਾਨ ਬੁਰਬੁਲ ਦਾ ਮੈਸੇਜ ਵੀ ਹੁੰਦੇ ਵਾਟਸਐਪ ਦੇ ਕਹਿੰਦੇ ਚੰਦਰ ਸ਼ੈਤਾਨ ਨੂੰ ਯਾਦ ਕਰ ਸ਼ੈਤਾਨ ਹਾਜ਼ਰ ਹੋ ਜਾਂਦਾ ਯਾਰ ਭਾ ਸ਼ਬੀਰ ਸਾਡਾ ਇੱਕ ਸੱਜਣ ਵੀ ਆ ਰਿਸ਼ਤੇਦਾਰ ਵੀ ਆ ਬੇਲੀ ਵੀ ਆ ਉਹਦਾ ਇੱਕ ਮੁੰਡਾ ਆ ਇੱਕੋ ਇੱਕ ਲੋਤਾ ਮੁੰਡਾ ਇੱਕ ਲੋਤਾ ਸੱਕਾ ਮਤਰਾਇ ਨਹੀਂ ਸੱਕਾ ਆ ਇੱਕ ਮਰਬੇ ਦਾ ਮਾਲਕ ਇੱਕ ਮਰਬੇ ਦਾ ਮਾਲਕ ਉਹ ਤੇ ਗਰੀਬ ਤੇ ਇਨਾ ਜ਼ੁਲਮ ਹੁੰਦਾ ਪਿਆ ਤੇ ਅਸੀਂ ਵਜ਼ੀਰ ਅਲਾ ਮਰਾ Khan ਨੂੰ ਅਪੀਲ ਕਰਨੀ ਚਾਹੀਦੀ ਆ ਆਪਣੇ ਨਹੀਂ ਸੋਰੀ ਯਾਰ ਮਰਾ Khan ਬੈਠਾ ਹੀ ਨਹੀਂ ਗਰੀ ਹਕੂਮਤ ਉਹ ਗੰਜੇ ਨਸ਼ਬਾਦੇ ਨੂੰ ਸ਼ਬਾਦੇ ਨੂੰ ਅਸੀਂ ਕੀ ਕਹਿੰਦੇ ਆ ਦਰਖਾਸਤ ਦਿੰਨੇ ਆ ਦਰਖਾਸਤ ਦਿੰਨੇ ਆ ਫੈਸਲਾ ਕਰਾਇਆ ਜਾ ਸਾਡਾ ਫੈਸਲਾ ਕਰਾਇਆ ਜਾਵੇ ਖੋਲੀਆਂ ਸਹੂਦیاں ਦਿੱਤੀਆਂ ਗਰੀਬ ਨੂੰ ਖੋਲੀਆਂ ਸਹੂਲਤਾਂ ਦਿੱਤੀਆਂ ਜਾਣ ਆਸ ਅਸੀਂ ਛੋਟੀ ਜਿਹਾ ਕੋ ਰੇੜੀ ਇੱਕ ਯਾ ਯਾ ਤੇ ਪਟੇ ਲੈਣ ਆਣੇ ਆ ਇੱਕ ਭਰੀ ਵੱਢਣੀ ਅਸੀਂ ਅਸੀਂ ਸ਼ਾਮ ਤੱਕ ਹੀ ਭਰੀ ਵੱਢਦੇ ਰਹਿਣਾ ਤੇ ਅੱਬੇ ਸਾਡੇ ਆਉਣਾ ਪਿੱਛੇ ਛੋਟੀ ਲੈ ਗਏ ਤੇ ਨਾਲ ਗਾਲਾਂ ਲੈ ਗਏ ਕਰਦੇ ਕੀ ਰਹਿ ਗਏ ਆ ਇੱਥੇ ਗਾਲਾਂ ਲੈ ਕੇ ਆਉਣਾ ਆ ਉਹਨੇ ਫੇ ਸਾਡੇ ਕੰਨੀਆਂ ਤਾਰੀਫ ਵਾਹ ਜੀ ਵਾਹ ਕੀ ਬਾਤ ਹੈ ਮੁੰਨੇ ਕੀ ਐਵੇਂ ਦੀ ਗੱਡੀ ਲੈਣੀ ਆ ਮੁੰਡੇ ਦੀ ਖਾਪ ਉੱਚੇ ਉੱਚੇ ਮੁੰਡਾ ਕਹਿੰਦਾ ਮੈਂ ਪੰਜ ਫਰਾਰੀਆਂ ਲੈਣੀਆਂ ਆ ਇਹਦਾ ਅੱਬਾ ਕਹਿੰਦਾ ਬੱਚਿਆ ਤੂੰ ਬੰਦਾ ਬਣ ਜਾ ਫਰਾਰੀ ਆ ਬੜਾ ਬੜਾ ਬਾਕ ਜਿਹੜਾ ਫਰਾਰੀ ਇੱਕ ਨਹੀਂ ਹੋਣੀ ਇਹ ਆਪਾਂ ਪੱਠੇ ਵੜਦੇ ਚੱਗੇ ਲੱਗਦੇ ਆ ਠੀਕ ਹੈ ਨਾ ਮੱਜੇ ਪਾਉਂਦੇ ਸ਼ਾਮ ਨੂੰ ਦੁੱਧ ਪੀ ਕੇ ਸੌ ਜਬੋ ਠੀਕ ਹੈ ਨਾ ਤੇ ਸਾਡਾ ਚੌਧਰੀ ਆਹ ਸਾਹਿਬ ਛੇ ਚਾਰ ਦੀਆਂ ਮੁੱਛਾਂ ਵਾਲਾ ਠੀਕ ਹੈ ਨਾ ਇਹ ਬਿਠਾਇਆ ਇਹ ਕਿ ਅਸੀਂ ਵੀ YouTube ਤੇ ਅਪਲੋਡ ਬਣਾ ਦੁਨੀਆ ਨੂੰ ਦਿਖੋਣਾ ਹੈ ਅਸੀਂ